a generally accepted fact that an improvement in socioeconomic conditions can cut down corruption. Global institutions such as Transparency International routinely pointed out that the societies with the high standard of living, a healthy literacy rate, nurtured democratic system, and good governance are less likely to indulge in corruption. While Pakistan may be lacking in strong institutions and systems, customs and tradition ring strong. And it's sometimes these very traditions that fill the institutional vacuum, such as this traditional Chaucer. In gatherings such as these, a common man cherishes his liberty to come together after a tiring day of work, sit among friends and associates, and speak freely of his woes. Today, I joined one such sitting in which the ups and downs of life, government and society is under discussion. ਸਾਰੀ ਆਵਾਮ ਤੰਗ ਆਈ ਹੈ ਬੇਰੋਜ਼ਗਾਰੀ ਸਭ ਪਾਸੇ ਵਧੀ ਹੈ ਜਿਹਨਾਂ ਨੇ ਨਾਰਾ ਮਾਰਿਆ ਰੋਟੀ ਕਪੜਾ ਮਕਾਨ ਦਾ ਕਿਤੇ ਕੋਲ ਰੋਟੀ ਕਪੜਾ ਮਕਾਨ ਹੈਗਾ ਜੇ ਇਹ ਜਿੰਨੇ ਇੱਥੇ ਬੈਠੇ ਜੇ ਤੁਸੀਂ ਵੋਟ ਨਹੀਂ ਪਾਉਂਦੇ ਜੀ ਹਾਂਜੀ ਸਾਰੇ ਵੋਟ ਨਹੀਂ ਪਾਉਂਦੇ ਅਸੀਂ ਵੋਟਾਂ ਮੈਂ ਆਪਣੀ ਲਾਈਫ ਵਿੱਚ ਵੋਟ ਨਹੀਂ ਕਦੀ ਪਾਇਆ ਇਹਨਾਂ ਲੋਕਾਂ ਦੀ ਮੈਂ ਇਹਨਾਂ ਦੀ ਅਸਲੀਅਤ ਨੂੰ ਤਾਂ ਮੈਂ ਨਾ 8 ਦੂਆ 8 ਦੂਆ ਸਾਜੀ 8 ਦੋ ਲੋ ਅਖਬਾਰ ਪੜ੍ਹਦੇ ਨੀ ਕਿਸੇ ਨੇ ਗੱਡੀ ਥੱਲੇ ਸਿੱਟ ਦਿੱਤਾ ਆ ਕੋਈ ਮਾਂ ਬੱਚਿਆਂ ਇਹਨਾਂ ਦਾ ਤੰਗ ਆ ਕੇ ਰੋਜ਼ ਖੁਦਕੁਸ਼ੀਆਂ ਜਿਹੜੀਆਂ ਅਖਬਾਰ ਜਾਂਦੀਆਂ ਸਾਨੂੰ ਪਤਾ ਲੱਗਦੀ ਆ ਅੰਦਰ ਹਾਂ ਨੀ ਪਤਾ ਨੀ ਕੀ ਹੋਣ ਡਿਆ ਤੰਗ ਹੋ But perhaps corruption isn't that simple. Though linked with socio-economic condition of a country, corruption is also a little like being trapped in quicksand. It reinforces a vicious cycle of bad governance and bad morals, dragging down its victim one after another. ਐਡੀ ਵੱਡੀ ਆਪੋਜੀਸ਼ਨ ਹੈਗੀ ਹੈ ਲੇਕਿਨ ਇਹ ਇੱਕੋ ਤਕੜੀ ਦੇ ਵੱਟੇ ਗਏ ਨੇ ਆਯੂਈ ਤਾਂ ਮਾਯੂਈ ਚੌਕਾ ਲਵਣਾ ਸਾਜ ਆਪੋਜੀਸ਼ਨ ਵੀ ਕੋਈ ਮਿਲੀ ਹੈ ਸਾਰਾ ਜੀ ਉਹ ਨਹੀਂ ਉਹਨਾਂ ਦਾ ਜ਼ੋਰ ਨਹੀਂ ਚੱਲਦਾ ਪਿਆ ਯਾਰ ਜ਼ੋਰ ਕੀ ਨਹੀਂ ਚੱਲਦਾ ਪਿਆ ਪੰਜਾਬ ਦੀ ਹਕੂਮਤ ਤੇ ਤੁਹਾਡੀ ਨਵਾਜ਼ ਸ਼ਰੀਫ ਦੀ ਰਿਕਾਰਡ ਮੇ ਪੰਜਾਬ ਇਹ ਕੀ ਕਰਦੀ ਵੀ ਹੈ ਨਵਾਜ਼ ਜੀ ਦੀ ਅੱਛਾ ਬੱਦ ਨਵਾਜ਼ ਸ਼ਰੀਫ ਹਮ ਬਾਤ ਹੋਇਆ ਦੁਆ ਦੁਆ ਚਿੱਟੇ ਛੋਲੇ ਉਹ ਤੇ ਰੱਖੇ ਜੀ ਇਹ ਉੱਤੇ ਰੱਖਦੇ ਨੇ ਤੇ ਹੋ ਜਾਣਾ ਸਾਡੀਆਂ ਉਹੀ ਤਾਂ ਉਹੀ ਗੱਲਾਂ ਅਸੀਂ ਤੇ ਉਹਨੀਆਂ ਵਾਲਾ ਤੇ ਉਹੀ ਖਾਣਾ ਉਹਨੀਆਂ ਆਮਦਨੀਆਂ ਉਹਨੀਆਂ ਚੀਜ਼ਾਂ ਕੀਮਤਾਂ ਤਿੰਨ ਤਿੰਨ ਚਾਰ ਚਾਰ ਗੁਣਾ ਵੱਧ ਗਈਆਂ ਹੈ ਮੈਨੂੰ ਦੱਸੋ ਤੁਹਾਨੂੰ ਕਿਸੇ ਕੋਲੋਂ ਉਮੀਦ ਨਜ਼ਰ ਆਉਂਦੀ ਹੈ ਕਵਾ ਨਾ ਹੋਵੇ ਤੁਸੀਂ ਗੱਲ ਬਾਤ ਕਰਦੇ ਹੋ ਨਹੀਂ ਕੁਛ ਨਾ ਕੁਛ ਤੇ ਹੋਏਗਾ ਦੇਖੋ ਦੇਖੋ ਇਸ ਤਰ੍ਹਾਂ ਦੇ ਹੈ ਵਫਾ ਕੀ ਉਮੀਦ ਜੋ ਨਹੀਂ ਜਾਣਦੇ ਵਫਾ ਕਿਆ ਹੈ ਇਹਨਾਂ ਨੇ ਕਿੱਥੋਂ ਕਰਨੀ ਜੇ Corruption across the public and private sectors have cut through values such as merit, capability and honesty, placing the very essence of democracy at risk. ਬਾਖੁਦਾ ਯਕੀਨ ਕਰ ਲਓ ਇਹ ਮਜਬੂਰ ਕਰਦੇ ਨੇ ਕਿ ਤੁਸੀਂ ਦਹਿਸ਼ਤਗਰਦੀਆਂ ਕਰੋ ਹੇਰਾ ਫੇਰੀਆਂ ਕਰੋ ਚੋਰੀਆਂ ਕਰੋ ਜਿਸ ਤਰ੍ਹਾਂ ਮਰਜ਼ੀ ਕਰੋ ਆਪਣਾ ਘਰ ਜਿਸ ਤਰ੍ਹਾਂ ਮਰਜ਼ੀ ਚਲਾਓ ਅਸੀਂ ਤੁਹਾਨੂੰ ਨਹੀਂ ਪੁੱਛਾਂਗੇ ਇਹ ਕੋਈ ਤਰੀਕਾਕਾਰ ਹੈ ਗੱਲ ਇਹ ਆ ਜਾਂਦੀ ਹੈ ਕਿ ਇਹਨਾਂ ਨੂੰ ਇੰਨਾ ਅਹਿਸਾਸ ਹੋਵੇ ਥੱਲੇ ਗਰੀਬ ਭੁੱਖਾ ਮਰਨ ਡਿਆ ਤੇ ਚੈਨਲ ਸੌਣ ਇਹ ਤਾਂ ਗੱਦੇ ਸੁੱਤੇ ਨੇ ਕੰਡੀਸ਼ਨ ਸੁੱਤੇ ਨੇ ਬਿਜਲੀ ਚੋਰ ਦੇ ਨੇ ਚੋਰੀਆਂ ਕਰਦੇ ਫਿਰਦੇ ਨੇ ਸਾਨੂੰ 3200 ਰੁਪਏ ਦਾ ਬਿੱਲ ਪਿਆ ਆਉਂਦਾ ਏਅਰ ਕੰਡੀਸ਼ਨ ਨੂੰ 2800 ਦਾ ਬਿੱਲ ਆਉਣ ਡਿਆ ਇਹ ਲਾਲ ਭੁਚੱਕਰ ਦੀ ਬਾਦਸ਼ਾਹੀ ਹੈ ਜਿੱਥੋਂ ਇਹਨਾਂ ਲੰਘਣਾ ਹੋਵੇ ਉੱਥੇ ਪ੍ਰੋਟੋਕੋਲ ਮਿਲ ਰਿਹਾ ਹੁੰਦਾ ਇਹਨਾਂ ਨੂੰ ਹੈਂਜੀ ਛੇ ਬੈਗਾਂ ਅੱਗੇ ਹੁੰਦੀਆਂ ਛੇ ਪਿੱਛੇ ਹੁੰਦੀਆਂ ਟੀ ਪੀ ਬਾਦ ਆ ਰਹੀ ਹੁੰਦੀ ਹੈ ਇਹ ਕੌਣ ਸਾਹਿਬ ਲੰਘਣਾ ਜੀ ਪਤਾ ਨਹੀਂ ਕੌਣ ਸਾਹਿਬ ਲੰਘਣਾ ਨੇ ਸਾਰੀ ਗੱਲਾਂ ਠੀਕ ਹਕੂਮਤ ਖਰਾਬ ਸਾਰਾ ਕੁਛ ਖਰਾਬ ਸੀ ਸਾਡਾ ਕੀ ਕਿਰਦਾਰ ਹੈ ਆਵਾਮ ਨੂੰ ਇਹਨਾਂ ਨੇ ਫਾਲੇ ਡੇਕਤਾ ਆਇਆ ਆਵਾਮ ਉੱਠਣ ਜੋਗੀ ਨਹੀਂ ਗੀ ਆਵਾਮ ਰੋਟੀ ਲੱਭੇ ਕਿ ਮੈਂ ਬਾਖੁਦਾ ਜੀ ਅੱਜ ਮੁੰਗਰੇ ਲੈਣ ਗਿਆ ਇੱਕ ਜਗ੍ਹਾ ਤੋਂ 40 ਰੁਪਏ ਕਿਲੋ ਇੱਕ ਜਗ੍ਹਾ ਤੋਂ 80 ਰੁਪਏ ਕਿਲੋ ਜੇ ਕਿਸੇ ਨੂੰ ਕਹੋ ਉਹ ਛੱਡ ਯਾਰ ਕੋਈ ਗੱਲ ਨਹੀਂ ਤੂੰ ਅੱਗੋ ਜਾ ਕੇ ਲੈ ਲੈ ਇਹ ਆਵਾਮ ਆਪੇ ਸੀ ਮਿਲਦੀ ਨਹੀਂ ਚਾਹੁੰਦੀ ਪਿਆਜ 60 ਰੁਪਏ ਕਿਲੋ ਤੇ ਉਹਦੀ ਉਹਦਾ ਫਾਇਦਾ ਇਹ ਉੱਤੇ ਬੈ ਕੇ ਚੁੱਕਦੇ ਪਏ ਨੇ ਕਿ ਯਾਰ ਇਹ ਤੇ ਆਪਸ ਹੀ ਥੱਲੇ ਲੜਨ ਡੈ ਜਿਸ ਵੇਲੇ ਗਰੀਬ ਮਹਿੰਗਾਈ ਦੇ ਉੱਤੇ ਆਉਂਦਾ ਨਾ ਉਹ ਕੌਮਾਂ ਕਦੀ ਬਾਤ ਨਹੀਂ ਹੋਈਆਂ ਨਹੀਂ ਮੈਂ ਉਹੀ ਸੋਚ ਰਿਹਾ ਨਾ ਕਿ ਕੁਛ ਨਾ ਕੁਛ ਤੇ ਕੁਛ ਨਾ ਕੁਛ ਤੇ ਨਜ਼ਰ ਆਉਂਦਾ ਹੋਏਗਾ ਕੀ ਨਜ਼ਰ ਆਉਂਦਾ ਜੀ ਬਿਲਕੁਲ ਨਹੀਂ ਹੋਗਾ ਇਹ ਮੋਤੀਆਂ ਉਤਰੇ ਪਏ ਨਹੀਂ ਕੋਈ ਸਿਆਸਤਦਾਨ ਕੁਛ ਬਿਆਨ ਦੇ ਰਿਹਾ ਹੁੰਦਾ ਕੋਈ ਸਿਆਸਤਦਾਨ ਕੁਛ ਬਿਆਨ ਦੇ ਰਿਹਾ ਹੁੰਦਾ ਪਿੱਛੇ ਨਵਾਜ਼ੀ ਦੀ ਆਪਣਾ ਬਿਆਨ ਆ ਜੀ ਪੀਪਲ ਪਾਰਟੀ ਖਤਮ ਹੋ ਗਈ ਜੀ ਅੱਜ ਫੇਰ ਸ਼ੁਰੂ ਹੋ ਗਈ
ਹੈਗੇ ਆਪਸ ਵਿੱਚ ਜੀ ਕੁਝ ਤਕਰੀ ਦੇ ਵਰਤਾਂ ਮੈਂ ਕਿਹਾ ਵੱਡੇ ਹੈਗੇ ਨੇ ਦੂਜੇ ਨਾਲ ਇਹ ਹੀ ਪੇ ਭੇਜਦੇ ਨੇ ਤੇ ਆਵਾਮ ਨੂੰ ਕਿੰਨੇ ਪੁੱਛਣਾ ਆਵਾਮ ਤੇ ਬੈਠੀ ਹੈ ਰਮਾਨ ਨਾਲ ਸਬਰ ਕਰਕੇ ਬੈਠੀ ਸਬਰ ਹੀ ਪੈਣਾ ਹੀ ਇਹਨਾਂ ਨੂੰ ਸਾਡਾ ਗੱਲ ਦੇਂਜ ਰੱਖ ਲੈਣਾ ਸਾਡੀ ਇਹ ਜੱਟ ਦਾ ਕੌਲ ਹੈਗਾ ਇਹ ਸਬਰ ਪੈ ਕਰੇਗਾ ਜਮਹੂਰੀਅਤ ਜਾਬਰ ਇਕੱਠਾ ਕਿਸ ਤਰ੍ਹਾਂ ਸਰ ਜਮਹੂਰੀਅਤ ਹਾਂ ਜਾਬਰ ਬਣਨਾ ਪਏਗਾ ਤੇ ਫਿਰ ਉਹੀ ਉਹ ਚਲਾ ਜਾਂਦਾ ਨਾ ਕਿ ਮਾਰਸ਼ਲਾ ਲੱਗ ਜਾ ਨਹੀਂ ਮਾਰਸ਼ਲਾ ਤੇ ਦੱਸੋ ਮਾਰਸ਼ਲਾ ਮੁਲਕ ਤੇ ਭੈੜੀ ਚੀਜ਼ ਹੈਗੀ ਹੈ ਮਾਰਸ਼ਲਾ ਤੇ ਦੇਖੋ ਦੋ ਬਾਤਾਂ ਹੈਗੀਆਂ ਜੋ ਅਸੀਂ 65 ਸਾਲਾਂ ਲਾਈਫ ਹੀ ਦੇਖਿਆ ਮਾਰਸ਼ਲਾ ਮੁਲਕ ਤੇ ਭੈੜਾ ਜਮਹੂਰੀਅਤ ਆਵਾਮ ਸੇ ਭੈੜੀ ਹੈ ਤੁਸੀਂ ਤਰੀ ਫੁੱਟ ਕੇ ਵੇਖ ਲਓ ਕਿਸੇ ਦਾ ਦੌਰ ਗਿਣਾ ਦਿਓ Though these salt of earth, people are clear on their views, but there is no one to listen to their voice. This is Zuhaib Saleem Butt, reporting for Express 24/7, Lahore.